अमृतपाल सिंह एक बार फिर स्टेज तो बोल गया है तत्तियां गल्लां। देखो किवें मजीठे इलाके दे विच खड़े होके ही बिक्रमजीत सिंह मजीठिया नूं आख दिता है चिट्टे दा व्यापारी। ਨਾਲ ਤੁਸੀਂ ਜੁੜ ਚੁੱਕੇ ਹੋ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਹਾਂ ਸੁਖਬੀਰ ਸਿੰਘ ਸ਼ੇਰਗਿੱਲ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਜਿੱਥੇ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਲਗਾਤਾਰ ਤੱਤੀਆਂ ਗੱਲਾਂ ਬੋਲ ਕੇ ਸਟੇਜ ਤੋਂ ਚਰਚਾ ਦਾ ਵਿਸ਼ਾ ਬਣਿਆ ਜਾਂਦਾ ਹੈ। ਉੱਥੇ ਹੀ ਬੀਤੇ ਕੱਲ ਉਹਨਾਂ ਦੇ ਵੱਲੋਂ ਹਲਕਾ ਮਜੀਠਾ ਦੇ ਵਿੱਚ ਪਹੁੰਚ ਕੀਤੀ ਗਈ ਸੀ ਇੱਕ ਪ੍ਰੋਗਰਾਮ ਦੇ ਵਿੱਚ, ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੁਝ ਅਜਿਹੀਆਂ ਗੱਲਾਂ ਬੋਲੀਆਂ ਗਈਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਚਿੱਟੇ ਦਾ ਵਪਾਰੀ ਕਹਿ ਕੇ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਆਪ ਮੁਹਾਰੇ ਹੀ ਇਹ ਜਿਹੜੇ ਨੇ ਜਥੇਦਾਰ ਬਣੇ ਹੋਏ ਨੇ, ਆਪ ਮੁਹਾਰੇ ਹੀ ਇਹਨਾਂ ਦੇ ਵੱਲੋਂ ਇਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਮਜੀਠਾ ਇਲਾਕਾ ਜਿਹੜਾ ਉਹ ਬਦਨਾਮ ਹੋ ਚੁੱਕਾ ਹੈ। ਗੁਰੂਆਂ ਪੀਰਾਂ ਦੇ ਨਾਮ ਦੇ ਉੱਪਰ ਜਾਣਿਆ ਜਾਣ ਵਾਲਾ ਇਲਾਕਾ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇਸ ਤਰੀਕੇ ਦੀਆਂ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਕਿ ਇਹ ਇਲਾਕਾ ਚਿੱਟੇ ਦੇ ਨਾਲ ਮਸ਼ਹੂਰ ਹੋ ਗਿਆ। ਉਹਨਾਂ ਨੇ ਕਿਹਾ ਕਿ ਆਪ ਮੁਹਾਰੇ ਹੀ ਇਹਨਾਂ ਦੇ ਵੱਲੋਂ ਉਪਲਬਧੀਆਂ ਹਾਸਲ ਕਰੇ ਜਾਣ ਦੀ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਸੋਚ ਵਿਚਾਰ ਰੱਖੀ ਜਾਂਦੀ ਹੈ ਅਤੇ ਲੋਕਾਂ ਦੇ ਵਿੱਚ ਜਥੇਦਾਰ ਬਣੇ ਪਏ ਨੇ। ਲੋਕਾਂ ਦੇ ਵਿੱਚ ਇਹਨਾਂ ਦੇ ਵੱਲੋਂ ਜਰਨੈਲ ਕਹਾਇਆ ਜਾਂਦਾ ਹੈ, ਇਹ ਵੀ ਕਹਿੰਦੇ ਹੋਏ ਅੰਮ੍ਰਿਤਪਾਲ ਸਿੰਘ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਪੁੱਤਾਂ ਨੂੰ ਚਿੱਟੇ ਦੇ ਨਸ਼ੇ ਦੇ ਨਾਲ ਮਰਵਾ ਕੇ ਕਿਸ ਤਰੀਕੇ ਦੇ ਨਾਲ ਜਰਨੈਲ ਬਣਿਆ ਜਾਂਦਾ ਹੈ ਇਹ ਅਸੀਂ ਵੀ ਸਮਝ ਨਹੀਂ ਪਾ ਰਹੇ ਅਤੇ ਇਸ ਦੇ ਨਾਲ ਸਾਨੂੰ ਵੀ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆਂ ਬੜੀ ਸ਼ਰਮ ਮਹਿਸੂਸ ਹੁੰਦੀ ਹੈ। ਹੋਰ ਉਹਨਾਂ ਨੇ ਤੱਤੇ ਬੋਲ ਬੋਲਦਿਆਂ ਹੋਰ ਕੀ ਕੁਝ ਕਿਹਾ ਕਿ ਇਸ ਤਰੀਕੇ ਦੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਵੱਡੇ ਸਵਾਲਾਂ ਦੇ ਘੇਰੇ ਖੜੇ ਕੀਤੇ ਨੇ। ਇੱਕ ਵਾਰ ਇਸ ਵੀਡੀਓ ਦੇ ਉੱਤੇ ਝਾਤ ਜ਼ਰੂਰ ਮਾਰ ਲੈਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕੀ ਫਤਿਹ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਜੇ ਸ਼ਾਂਤੀ ਬਰਕਰਾਰ ਰੱਖੀਏ, ਥੋੜ੍ਹੇ ਸੰਖੇਪ ਸਮੇਂ ਦੇ ਵਿੱਚ ਆਪਾਂ ਵਿਚਾਰਾਂ ਦੀ ਸਾਂਝ ਪਾਉਣੀ ਹੈ। ਕੱਲ੍ਹ ਸਾਡਾ ਮਾਲਵੇ ਦੇ ਵਿੱਚ ਸਵੇਰੇ ਸਮਾਗਮ ਹੈ, ਇਸ ਵਕਤ 8 ਵਜੇ ਅਸੀਂ ਪਹੁੰਚਣਾ। ਸੋ ਇਸ ਕਰਕੇ ਸਾਨੂੰ ਜਲਦੀ ਇੱਥੋਂ ਇਜਾਜ਼ਤ ਲੈਣੀ ਪੈਣੀ ਹੈ। ਸੋ ਤਾਂ ਜੋ ਆਪਾਂ ਜਿੰਨੀ ਸ਼ਾਂਤੀ ਬਹਾਲ ਕਰ ਲਾਂਗੇ ਉਨੀਆਂ ਛੇਤੀ ਵਿਚਾਰਾਂ ਹੋ ਜਾਣਗੀਆਂ। ਸਮਾਂ ਅੱਜ ਅਸੀਂ ਜਿੱਥੋਂ ਸਮਾਗਮ ਤੋਂ ਆਏ ਸੀ ਫਤਿਹਪੁਰ ਤੋਂ, ਉੱਥੋਂ ਇੱਥੇ ਆ ਗਏ ਹਾਂ ਪੰਜਾਬ ਦੇ ਇੱਕ ਇਲਾਕੇ ਤੋਂ ਦੂਜੇ ਇਲਾਕੇ 'ਚ। ਪਰ ਸਾਡੀਆਂ ਮੁਸ਼ਕਲਾਂ ਜਿਹੜੀਆਂ ਨੇ ਇਲਾਕੇ ਦੀਆਂ ਉਹ ਲਗਭਗ ਇੱਕੋ ਜਿਹੀਆਂ ਰਹਿੰਦੀਆਂ, ਪਰ ਇਹ ਇਲਾਕਾ ਮਜੀਠਾ ਜਿਹੜਾ ਹੈ ਇਹ ਖਾਸ ਕਰਕੇ ਬਦਨਾਮ ਹੋਇਆ। ਗੁਰੂ ਦੀ ਧਰਤੀ ਹੈ ਪਰ ਬਦਨਾਮ ਕਿਹੜੀ ਗੱਲ ਹੀ ਹੋ ਗਿਆ ਵੀ ਇੱਥੇ ਚਿੱਟੇ ਦੇ ਕਾਰੋਬਾਰੀ ਵੱਸਦੇ ਨੇ, ਚਿੱਟੇ ਦੇ ਕਾਰੋਬਾਰੀ ਰਹਿੰਦੇ ਨੇ। ਸੋ ਇਸ ਕਰਕੇ ਮੈਂ ਅੱਜ ਨੌਜਵਾਨਾਂ ਨਾਲ ਜਿਹੜੀ ਗੱਲਬਾਤ ਕਰਨੀ ਹੈ ਉਹਦਾ ਵਿਸ਼ਾ ਹੀ ਹੈ ਵੀ ਸਾਨੂੰ ਇਹ ਜਿਹੜਾ ਕਲੰਕ ਹੈ ਆਪਣੇ ਮੱਥੇ ਤੋਂ ਲਾਹੁਣਾ ਪੈਣਾ। ਅੱਜ ਕੱਲ੍ਹ ਹੋ ਕੀ ਰਿਹਾ ਹੈ, ਜਿਹਦਾ ਜੀ ਕਰਦਾ ਉੱਠ ਕੇ ਆਪਣੇ ਆਪ ਨੂੰ ਜਰਨੈਲ ਖਵਾਉਣ ਲੱਗ ਪੈਂਦਾ ਹੈ। ਸਿੱਖ ਕੌਮ ਦਾ ਜਰਨੈਲ ਬਣਨ ਲਈ ਪਹਿਲਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇਣ ਦੀ ਲੋੜ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਆਵਾਜ਼ ਦਿੱਤੀ ਹੈ ਜਦੋਂ ਸਿੱਖਾਂ ਨੂੰ, ਸਿੱਖਾਂ ਨੂੰ ਕੋਈ ਵਾਅਦਾ ਨਹੀਂ ਕੀਤਾ ਇਸ ਗੱਲ ਦਾ, ਵਾਅਦਾ ਨਹੀਂ ਵੀ ਸਿੱਖੋ ਆ ਜਾਓ, ਜਿਵੇਂ ਦੂਜੇ ਧਰਮਾਂ ਦੇ ਬਾਨੀਆਂ ਨੇ ਕਹਿ ਦਿੱਤਾ ਵੀ ਸਾਡੇ ਧਰਮ 'ਚ ਆ ਜਾਓ ਜੰਨਤ ਮਿਲ ਜਾਊ, ਕਿਸੇ ਨੇ ਸਵਰਗ ਦਾ ਵਾਅਦਾ ਕੀਤਾ ਹੈ। ਸਿਰ ਧਰ ਤਲੀ ਗਲੀ ਮੇਰੀ ਆਓ, ਇੱਤ ਮਾਰਗ ਪੈਰ ਧਰੀ ਜਾ ਸਿਰ ਦੀਜੇ ਕਾਣ ਨਾ ਕੀਜੇ। ਹੁਣ ਦੱਸੋ ਜਿਹੜਾ ਕੋਈ ਬੰਦਾ ਸੀਸ ਤਲੀ ਤੇ ਧਰ ਕੇ ਤੁਰਨ ਦੀ ਜ਼ੁਰਤ ਰੱਖਦਾ ਹੈ ਉਹ ਤੇ ਜਰਨੈਲ ਅਖਵਾਵੇ। ਜਿੰਨਾ ਚਿੱਟਾ ਵੇਚਣਾ ਹੈ, ਚਿੱਟਾ ਵੇਚ ਕੇ ਨੌਜਵਾਨਾਂ ਦੇ ਪੁੱਤ ਮਾਰਨੇ ਹੈ ਉਹ ਆਪਣੇ ਆਪ ਨੂੰ ਜਰਨੈਲ ਖਵਾਉਂਦੇ। ਸ਼ਰਮ ਸਾਨੂੰ ਵੀ ਆਉਂਦੀ ਹੈ ਵੀ ਗੁਰੂ ਦੀ ਧਰਤੀ ਤੇ ਵਾਪਰ ਕੀ ਰਿਹਾ, ਪਰ ਸਭ ਕੁਝ ਸੰਗਤ ਦੇ ਹੱਥ ਵੱਸ ਹੈ। ਸੰਗਤ ਜੀ ਇਹ ਗੱਲ ਚੇਤਾ ਨਹੀਂ ਭੁਲਾਉਣੀਆਂ ਚਾਹੀਦੀਆਂ, ਤੁਸੀਂ ਝਾਤ ਮਾਰੋ। ਇਸੇ ਇਲਾਕੇ ਦੇ ਵਿੱਚ ਸਿੱਖ ਸੰਘਰਸ਼ ਚੱਲਿਆ, ਉਸ ਸਮੇਂ ਤੇ ਸੂਰਮਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ। ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਨੌਜਵਾਨ ਜਿਹੜੇ ਇਸ ਸੰਘਰਸ਼ ਦੀ ਭੇਟ ਚੜ੍ਹੇ ਆ, ਜਿਨ੍ਹਾਂ ਵੱਧ ਚੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਕਈ ਗੁਣਾ ਨੌਜਵਾਨ ਤੁਹਾਡੇ ਪਿੰਡ ਦੇ ਜਿਹੜੇ ਚਿੱਟੇ ਦੀ ਭੇਟ ਚੜ ਗਏ ਆ। ਸੋ ਇਹ ਗੱਲ ਕਹਿਣੀ ਵੀ ਮੈਂ ਸ਼ਾਂਤੀ ਭੰਗ ਕਰ ਰਿਹਾ, ਇਹ ਗੱਲ ਕਹਿਣੀ ਵੀ ਮੈਂ ਪੰਜਾਬ ਨੂੰ ਅੱਗ ਲਾ ਰਿਹਾ, ਇਹ ਗੱਲ ਉਹ ਲੋਕ ਕਹਿ ਰਹੇ ਨੇ ਜਿਨ੍ਹਾਂ ਸ਼ਾਂਤੀ ਨਾਲ ਅੱਗ ਲਾਈ ਹੈ, ਤੇ ਅੱਗ ਐਸੀ ਲਾਈ ਵੀ ਨੌਜਵਾਨ ਮਰ ਜਾਂਦਾ ਤੇ ਘਰ ਦੇ ਝੂਠ ਕੀ ਬੋਲਦੇ ਆ ਵੀ ਮੁੰਡੇ ਸਾਡੇ ਨੂੰ ਹਾਰਟ ਅਟੈਕ ਹੋ ਗਿਆ ਜੀ ਰਾਤ। ਸਾਰੇ ਸੰਸਾਰ ਨੂੰ ਪਤਾ ਹੁੰਦਾ ਹੋਇਆ ਕੀ ਹੈ, ਅਫਸੋਸ ਕਰਨ ਗਏ ਬੰਦੇ ਵੀ ਝੂਠ ਬੋਲੀ ਜਾਂਦੇ ਆ, ਜਿਨ੍ਹਾਂ ਦਾ ਮਰਿਆ ਉਹ ਵੀ ਝੂਠ ਬੋਲੀ ਜਾਂਦੇ ਆ, ਪਰ ਸੱਚ ਕਿਸੇ ਤੋਂ ਲੁਕਿਆ ਨਹੀਂ ਹੁੰਦਾ। ਇਹ ਸੱਚ ਸਿਆਣੇ ਜ਼ਰੂਰ ਕਹਿੰਦੇ ਆ ਵੀ ਮਰੇ ਦੇ ਪਰਦੇ ਕੱਜ ਲੈਣੇ ਚਾਹੀਦੇ ਆ, ਪਰ ਜਦੋਂ ਇਹੋ ਜਿਹਾ ਦੌਰ ਚੱਲ ਰਿਹਾ ਹੋਵੇ ਜਿੱਥੇ ਹਰ ਗਲੀ ਦੇ ਵਿੱਚ ਸਾਡੇ ਕੋਠੀਆਂ ਜਿਹੜੇ ਪੁੱਤਰ ਮਰ ਰਹੇ ਹੋਣ ਨਸ਼ੇ ਦੇ ਨਾਲ, ਉੱਥੇ ਇਹ ਗੱਲਾਂ ਕਰਨੀਆਂ, ਝੂਠ ਬੋਲਣੇ ਚੰਗੀ ਗੱਲ ਨਹੀਂ।
अज सानू मन लेना चाहिए भी ओने पुत्र हिंदुस्तान की हुकूमत साडे गोलियां नाल नहीं मार सकी, ओने पुत्र हिंदुस्तान की हुकूमत साडे झूठे मुकाबले बना के नहीं मार सकी जिन्हें उन्हें चुप चुपीतिया नशे च मार दिते है। तो कई इतने सवाल कर लग पे भी नशा किहड़ा कोई तुहाडे मूंह च पाउंदा है, तुसीं आप खांदे जो, पर सवाल यह है भी जेडे समाज दे विच 13-14 साल के जवाक नूं कोई सोझी नहीं ते असीं लोकां दे हक्कां दी राखी करनी है, ਉਹ ਲੋਕਾਂ ਦੇ ਪੁੱਤਾਂ ਨੂੰ ਚਿੱਟੇ ਤੇ ਲਾਉਣ, ਇਹ ਕੋਈ ਚੰਗੀ ਗੱਲ ਹੈ? ਸੋ ਸਵਾਲ ਸਾਡੇ ਅੱਗੇ ਇਹ ਹੈ ਵੀ ਜਿੰਨਾ ਜੋ ਕਰਨਾ ਕਰਨਾ ਹੈ, ਦਿੱਲੀ ਦੀ ਸਾਡੇ ਪ੍ਰਤੀ ਜਿਹੜਾ ਦਿੱਲੀ ਦਾ ਨਜ਼ਰੀਆ ਹੈ ਉਹ ਹਮੇਸ਼ਾ ਤੋਂ ਇਹ ਰਿਹਾ ਹੈ, 500 ਸਾਲ ਤੋਂ 5 ਸਦੀਆਂ ਦਾ ਵੈਰ ਹੈ ਉਹ ਕੱਢਦੇ ਆਏ ਤੇ ਉਹਨਾਂ ਕੱਢਦੇ ਰਹਿਣਾ ਹੈ, ਉਹਨਾਂ ਨੂੰ ਵੱਖਰੇ ਵੱਖਰੇ ਭਾਂਤ ਦੇ ਦਲਾਲ ਵੀ ਮਿਲ ਜਾਣੇ ਹੈ ਜਿਹੜੇ ਆਪਣੇ ਆਪ ਨੂੰ ਸਿੱਖ ਕਵਾਉਣਗੇ ਤੇ ਜਿਹੜੇ ਕਹਿਣਗੇ ਵੀ ਅਸੀਂ ਸਿੱਖਾਂ ਦੇ ਹਤੈਸ਼ੀ ਹਾਂ ਪਰ ਸਿੱਖਾਂ ਦੀਆਂ ਜੜ੍ਹਾਂ ਵੱਢਣਗੇ, ਪਰ ਸਿੱਖਾਂ ਦਾ ਇਹ ਪੁਤਰਨਾ ਹੈ ਤੇ ਕਿਉਂ ਕਰਨਾ ਹੈ ਉਹਦੇ ਸਾਡੇ ਕੋਲ ਬੜੀ ਵੱਡੀ ਵਜ੍ਹਾ ਹੈ। ਕਲਗੀਆਂ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖਾਂ ਦੀ ਖਾਤਰ ਸਾਡੀ ਖਾਤਰ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਸਾਰਾ ਕੁਝ ਵਾਰ ਕੇ ਮਾਰਿਆ, ਤੁਹਾਡਾ ਸਾਰਾ ਕੁਝ ਉਜੜ ਗਿਆ, ਤੁਹਾਡੇ ਬੱਚੇ ਸ਼ਹੀਦ ਹੋ ਗਏ, ਤੁਹਾਡਾ ਕੋਈ ਪਰਿਵਾਰ ਨਾ ਬਚਿਆ, ਤੇ ਕਲਗੀਧਰ ਪਾਤਸ਼ਾਹ ਨੇ ਸਾਡੇ ਵੱਲ ਖਾਲਸਾ ਦੀ ਉਂਗਲ ਕੀਤੀ, ਆ ਜਿਹੜੇ ਅਸੀਂ ਚਿੱਟੇ ਰੁਮਾਲ ਬੰਨੇ ਸਿਰਾਂ ਤੇ ਤੁਹਾਡੇ ਵੱਲ ਨੌਜਵਾਨ ਉਂਗਲ ਕਰਕੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਇਹਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਰ ਚਾਰ, ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ।